बंबे बुंबे आले मिठी ए आओ मूसे पिंड आउण ला तेरी। कहिंदा लख कोशिशां कर लो होना नहीं जट दा मुकाबला, भावे कर लो गीतां दीआं कापियां, जदों तक जट गाउंदा रहूंगा बजदियां रहणियां स्टेजां उत्ते थापियां। कहिंदे किसे ना किसे तरीके नूं थल्ले सुटणा, खबरां बहुत फेक मीडिया ने झूठियां छापियां। कहिंदा जिन्हें दुनिया तो कीता कुछ वखरा, जिन्हें दुनिया तो कीता कुछ वखरा, रिकॉर्ड बल्ले आ तू चैक कर लई, अखबार यूके दे ने भी जट चुणिया। रही गल मढीर नूं बगाड़न दी, तां ओह मढीर नशेड़ी नहीं अणखी दलेर हुंदी आ, जिन्हें मूसे वाला जट सुणिया, जिन्हें मूसे वाला जट सुणिया। ਸ੍ਰੀਕਾਲ ਦੋਸਤੋ, ਹਾਜ਼ਰਾਂ ਲੈ ਕੇ ਇਸ ਵੇਲੇ ਦੇ ਕੁਝ ਵੱਡੇ ਤੇ ਖਾਸ ਅਪਡੇਟ। ਉਮੀਦ ਹੈ ਤੁਸੀਂ ਤੇ ਤੁਹਾਡਾ ਪਰਿਵਾਰ ਬਿਲਕੁਲ ਤੰਦਰੁਸਤ ਹੋਵੇਗਾ। ਸਿੱਧੂ ਮੂਸੇਵਾਲੇ ਤੇ ਗੁਲਾਬ ਸਿੱਧੂ ਦੇ ਕੱਲ੍ਹ ਰਿਲੀਜ਼ ਹੋਏ ਗੀਤ ਬਾਈ ਬਾਈ ਨੇ ਵੱਡਾ ਧਮਾਕਾ ਕਰ ਦਿੱਤਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਕਿਉਂਕਿ ਜਿੱਥੇ ਇਸ ਗੀਤ ਨੇ 24 ਘੰਟੇ ਤੋਂ ਵੀ ਪਹਿਲਾਂ 6 ਮਿਲੀਅਨ ਤੋਂ ਜ਼ਿਆਦਾ ਵਿਊਜ਼ ਹਾਸਿਲ ਕੀਤੇ, ਉੱਥੇ ਹੀ ਲਾਈਕਸ ਅਤੇ ਕਮੈਂਟਾਂ ਦੀ ਵੀ ਵੱਡੀ ਝੜੀ ਲਗਾ ਦਿੱਤੀ। ਅਤੇ ਨਾਲ ਹੀ ਦੋਸਤੋ, ਇਸ ਸਮੇਂ ਯੂਟਿਊਬ ਦੀ ਟ੍ਰੈਂਡਿੰਗ ਲਿਸਟ ਦੇ ਵਿੱਚ 1 ਨੰਬਰ 'ਤੇ ਬਣਿਆ ਹੋਇਆ ਹੈ ਸਿੱਧੂ ਮੂਸੇਵਾਲੇ ਅਤੇ ਗੁਲਾਬ ਸਿੱਧੂ ਦਾ ਬਾਈ ਬਾਈ ਸੌਂਗ। ਬਾਕੀ ਦੋਸਤੋ, ਤੁਹਾਨੂੰ ਬਾਈ ਬਾਈ ਸੌਂਗ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ, ਅਤੇ ਨਾਲ ਹੀ ਇਹ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਹੜਾ ਪਾਰਟ ਜ਼ਿਆਦਾ ਵਧੀਆ ਲੱਗਿਆ ਬਾਈ ਬਾਈ ਸੌਂਗ ਦੇ ਵਿੱਚੋਂ। ਅਤੇ ਦੋਸਤੋ, ਨਾਲ ਹੀ ਸਿੱਧੂ ਮੂਸੇਵਾਲੇ ਨੇ ਬਾਈ ਬਾਈ ਸੌਂਗ ਰਿਲੀਜ਼ ਹੋਣ ਤੋਂ ਬਾਅਦ ਦੋ ਵੱਡੇ ਰਿਪਲਾਈ ਕੀਤੇ ਨੇ ਆਪਣੇ ਵਿਰੋਧੀਆਂ ਨੂੰ, ਜਿੱਥੇ ਕਿ ਗੁਲਾਬ ਸਿੱਧੂ ਨੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਜਿਸ ਸਮੇਂ ਸਿੱਧੂ ਮੂਸੇਵਾਲਾ ਬੈਠੇ ਸਨ, ਉਸ ਸਮੇਂ ਇੱਕ ਵੀਡੀਓ ਬਣਾਈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਬਿਨਾਂ ਕੁਝ ਬੋਲੇ ਆਪਣੇ ਇੱਕ ਇਸ਼ਾਰੇ ਨਾਲ ਹੀ ਆਪਣੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ। ਉੱਥੇ ਹੀ ਸਿੱਧੂ ਮੂਸੇਵਾਲੇ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਦੇ ਵਿੱਚ 250 ਝੜੇ ਲਿਖ ਕੇ ਵੀ ਇੱਕ ਵੱਡਾ ਅਤੇ ਠੋਕਵਾਂ ਰਿਪਲਾਈ ਕੀਤਾ ਆਪਣੇ ਵਿਰੋਧੀਆਂ ਨੂੰ। ਸੋ ਦੋਸਤੋ, ਤੁਹਾਨੂੰ ਸਿੱਧੂ ਮੂਸੇਵਾਲੇ ਦੇ ਇਹ ਰਿਪਲਾਈ ਕਿਵੇਂ ਲੱਗੇ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਅਤੇ ਆਪਾਂ ਹੁਣ ਤੁਹਾਨੂੰ ਲੈ ਚੱਲਦੇ ਹਾਂ ਸਿੱਧੂ ਮੂਸੇਵਾਲੇ ਦੀ ਉਸ ਵੀਡੀਓ ਵੱਲ ਜੋ ਕਿ ਕੱਲ੍ਹ ਗੁਲਾਬ ਸਿੱਧੂ ਨੇ ਬਣਾਈ, ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਆਪਣੇ ਵਿਰੋਧੀਆਂ ਨੂੰ ਕੁਝ ਠੋਕਵੇਂ ਰਿਪਲਾਈ ਕੀਤੇ ਨੇ ਬਿਨਾਂ ਕੁਝ ਬੋਲੇ। ਹਾਂਜੀ ਦੋਸਤੋ, ਕਿਵੇਂ ਲੱਗਿਆ ਸਿੱਧੂ ਮੂਸੇਵਾਲੇ ਦਾ ਇਹ ਰਿਪਲਾਈ ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਸ਼ੇਅਰ ਕਰ ਦੇਣਾ, ਅਤੇ ਇੰਡਸਟਰੀ ਦੇ ਹੋਰ ਨਵੇਂ ਅਪਡੇਟਸ ਦੇ ਲਈ ਸਵੈਗ ਪੰਜਾਬ ਟੀਵੀ ਅਤੇ ਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈੱਲ ਵੀ ਜ਼ਰੂਰ ਔਨ ਕਰ ਲੈਣਾ। ਸੋ ਫਿਲਹਾਲ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਜਲਦ। ਥੈਂਕ ਯੂ, ਧੰਨਵਾਦ, ਟੇਕ ਕੇਅਰ।